ਫਿਲਮੀ ਅਦਾਕਾਰ ਰਾਖੀ ਸਾਵੰਤ ਵੱਲੋਂ ਦੇਸ਼ ਦੇ ਡਰਾਈਵਰਾਂ ਪ੍ਰਤੀ ਮਾੜੀ ਸ਼ਬਦਾਵਲੀ ਦੀ ਵਰਤੋਂ ਕਰਨ ਉੱਤੇ ਡਰਾਈਵਰ ਯੂਨੀਅਨ ਵਿੱਚ ਰੋਸ ਪਾਇਆ ਜਾ ਰਿਹਾ ਹੈ। ਯੂਨੀਅਨ ਦੇ ਡਰਾਈਵਰਾਂ ਨੇ ਜਲੰਧਰ ਦੇ DSP ਗੁਰਮੀਤ ਸਿੰਘ ਨੂੰ ਰਾਖੀ ਸਾਵੰਤ ਖਿਲਾਫ ਮਾਮਲਾ ਦਰਜ ਕਰਨ ਦੇ ਲਈ ਮੰਗ ਪੱਤਰ ਸੌਂਪਿਆ ਹੈ। ਇਸ ਮੌਕੇ ਯੂਨਾਈਟਿਡ ਡਰਾਈਵਰ ਯੂਨੀਅਨ ਦੇ ਪ੍ਰਧਾਨ ਗੁਰਮੀਤ ਸਿੰਘ ਔਲਖ ਨੇ DSP ਨੂੰ ਅਪੀਲ ਕੀਤੀ ਹੈ ਕਿ ਉਹ ਰਾਖੀ ਸਾਵੰਤ ਦੇ ਖਿਲਾਫ ਬਣਦੀ ਕਾਰਵਾਈ ਕਰਨ। ਮੇਰਾ ਨਾਮ ਗੁਰਮੀਤ ਸਿੰਘ ਔਲਖ ਹੈ ਜੀ। ਮੈਂ ਯੂਨਾਈਟਿਡ ਡਰਾਈਵਰ ਯੂਨੀਅਨ ਦਾ ਪੰਜਾਬ ਦਾ ਪ੍ਰਧਾਨ ਹਾਂ, ਰਜਿਸਟਰਡ ਮੇਰੀ ਯੂਨੀਅਨ ਆ। ਮੈਂ ਮੰਗ ਕਰਦਾ ਹਾਂ ਜੀ, ਮੈਂ ਮੰਗ ਕਰਦਾ ਹਾਂ ਪੁਲਿਸ ਕਮਿਸ਼ਨਰ ਜਲੰਧਰ ਦੇ ਅੱਜ ਅਸੀਂ ਪੇਸ਼ ਹੋਏ ਹਾਂ। ਸਾਡੇ ਭਾਰੀ ਸਾਥੀ ਡਰਾਈਵਰਾਂ ਦੇ ਵਿੱਚ ਰੋਸ ਆ, ਜੋ ਕਿ ਰਾਖੀ ਸਾਵੰਤ ਇੱਕ ਫਿਲਮੀ ਐਕਟਰ ਆ, ਉਹਨੇ ਸਾਡੇ ਡਰਾਈਵਰ ਵੀਰਾਂ ਵਾਸਤੇ ਜੋ ਸ਼ਬਦਾਵਲੀ ਵਰਤੀ ਆ, ਬੜੀ ਭੱਦੀ ਸ਼ਬਦਾਵਲੀ ਵਰਤੀ ਆ। ਉਹਨਾਂ ਨੇ ਇਹ ਗੱਲ ਕਹੀ ਆ ਸਾਨੂੰ, ਤਾਂ ਉਹ ਕਹਿੰਦੇ ਆ ਵੀ ਗਰੇਜ਼ ਆਉਂਦਾ ਆ, ਮਤਲਬ ਜੀ ਨਹੀਂ ਕਰਦਾ ਬੋਲਣ ਨੂੰ, ਜੋ ਉਹਨਾਂ ਨੇ ਬੋਲਿਆ ਆਪਣੇ ਮੂੰਹ ਦੇ ਵਿੱਚੋਂ। ਸਾਰੇ ਵੀਰਾਂ ਦੇ ਵਟਸਐਪ 'ਤੇ ਚੱਲਣ ਡਈ ਆ, ਫੇਸਬੁੱਕ 'ਤੇ ਚੱਲਣ ਡਈ ਆ ਇੰਨੀ ਭੱਦੀ ਸ਼ਬਦਾਵਲੀ। ਜਦ ਕਿ ਮੈਂ ਉਹਨਾਂ ਨੂੰ ਇਹ ਪੁੱਛਣਾ ਚਾਹੁੰਦਾ ਹਾਂ, ਜਦੋਂ ਤੁਸੀਂ ਸ਼ੋਅ 'ਤੇ ਜਾਂਦੇ ਹੋ, ਤੁਹਾਨੂੰ ਵੀ ਇੱਕ ਡਰਾਈਵਰ ਸਾਡਾ ਸਾਰਥੀ ਵੀਰ ਨਾਲ ਲੈ ਕੇ ਜਾਂਦਾ ਆ, ਅਤੇ ਤਾਂ ਤੁਸੀਂ ਸ਼ੋਅ 'ਤੇ ਪਹੁੰਚਦੇ ਹੋ। ਜੇ ਉਹ ਡਰਾਈਵਰ ਆਪਣੀ ਮਾਂ ਦੇ ਨਾਲ ਜਾਂ ਭੈਣ ਦੇ ਨਾਲ ਗਲਤ ਕੰਮ ਕਰਦਾ ਆ, ਤੁਸੀਂ ਇਹ ਗੱਲਾਂ ਕਹੀਆਂ ਹਰ ਡਰਾਈਵਰ ਵਾਸਤੇ, ਹਰ ਡਰਾਈਵਰ ਵਾਸਤੇ ਤੁਸੀਂ ਇਹ ਇੰਨੀ ਕੁ ਭੱਦੀ ਸ਼ਬਦਾਵਲੀ ਵਰਤੀ ਆ, ਬਹੁਤ ਜ਼ਿਆਦਾ ਮੈਨੂੰ ਇਸ ਦਾ, ਮੇਰੀ ਜਿਹੜੀ ਡਰਾਈਵਰ ਯੂਨੀਅਨ ਆ ਇਹਨਾਂ ਦੇ ਵਿੱਚ ਰੋਸ ਪਾਇਆ ਜਾ ਰਿਹਾ ਆ। ਸਾਨੂੰ ਮੰਗ ਕਰਦੇ ਹਾਂ ਬੰਬੇ ਦੇ ਪੁਲਿਸ ਕਮਿਸ਼ਨਰ ਦੇ ਕੋਲੋਂ, ਜਲੰਧਰ ਦੇ ਪੁਲਿਸ ਕਮਿਸ਼ਨਰ ਕੋਲੋਂ, ਕਿ ਇਹਨਾਂ ਦੇ ਉੱਤੇ ਜੋ ਵੀ FIR ਬਣਦੀ ਆ ਦਰਜ ਕੀਤੀ ਜਾਵੇ, ਨਹੀਂ ਤਾਂ ਪੂਰੇ ਦੇਸ਼ ਦੇ ਡਰਾਈਵਰ ਹੜਤਾਲ 'ਤੇ ਚਲੇ ਜਾਣਗੇ। ਸਰਕਾਰ ਨੂੰ ਇਹਦਾ ਬਹੁਤ ਜ਼ਿਆਦਾ ਇਲਜ਼ਾਮ ਜਿਹੜਾ ਵਾ ਭੁਗਤਣਾ ਪਵੇਗਾ। ਅੱਗੇ ਵੀ ਰਾਖੀ ਸਾਵੰਤ ਕਈ ਵਾਰ ਘਰਾਵਾਂ 'ਚ ਆਈ ਹੈਗੀ ਆ, ਐਵੇਂ ਕਈ ਵਾਰ ਹਰ ਵਾਰ ਗਲਤ ਤੋਂ ਗਲਤ ਕੋਈ ਬੋਲ ਦਿੰਦੀ ਆ। ਕੀ ਅਗਲੀ ਕੀ ਸਰਕਾਰ ਵੱਲੋਂ ਤੁਹਾਡੀ ਕੀ ਮੰਗ ਰਹੇਗੀ ਐਵੇਂ ਕਿਹੜੇ? ਅਸੀਂ ਦਿੱਲੀ ਤੋਂ ਇਹਨਾਂ ਦੇ ਉੱਪਰ, ਆਪਣੀ ਹੈੱਡ ਆਫਿਸ ਆ ਦਿੱਲੀ, ਸਰਦਾਰੇ ਬਲਵੰਤ ਸਿੰਘ ਭੁੱਲਰ ਨੇ ਦਿੱਲੀ ਯੂਨੀਅਨ ਦੇ ਪ੍ਰਧਾਨ, ਉਹਨਾਂ ਨੇ ਅੱਜ ਸਾਰਾ ਸਾਈਬਰ ਸੈੱਲ ਤੋਂ ਕਢਵਾ ਲਿਆ ਇਹਨਾਂ ਦਾ ਰਿਕਾਰਡ, ਜੋ ਜੋ ਇਹਨਾਂ ਨੇ ਜਿੱਥੋਂ ਜਿੱਥੋਂ ਵਾਇਰਲ ਹੋਈ ਆ ਇਹ ਜਿਹੜੀ ਇਹਨਾਂ ਦੀ ਆਡੀਓ ਪਾਈ ਆ, ਵੀਡੀਓ ਪਾਈ ਆ, ਉਹ ਅਸੀਂ ਵੀਡੀਓ ਕਢਵਾ ਕੇ ਹਾਈਕੋਰਟ ਦੇ ਵਿੱਚ ਇਹਨਾਂ ਦੇ ਉੱਤੇ ਮਾਣ ਹਾਨੀ ਦਾ ਦਾਅਵਾ ਪੇਸ਼ ਕਰਾਂਗੇ। ਜੇ ਸਾਨੂੰ ਸਰਕਾਰ ਨੇ ਇਹਨਾਂ ਦੇ ਉੱਤੇ FIR ਨਾ ਦਰਜ ਕੀਤੀ, ਫਿਰ ਅਸੀਂ ਪੂਰੇ ਦੇਸ਼ ਦੇ ਡਰਾਈਵਰ ਇੱਕ ਥਾਂ 'ਤੇ ਇੱਕ ਮੰਚ 'ਤੇ ਇਕੱਠੇ ਹੋ ਕੇ ਪੂਰੇ ਦੇਸ਼ ਦੇ ਡਰਾਈਵਰ ਚੱਕਾ ਜਾਮ ਕਰਨਗੇ, ਤਾਂ ਜੋ ਇਹ ਸਰਕਾਰ ਨੂੰ ਭੁਗਤ। ਦੂਜੇ ਪਾਸੇ ਜਲੰਧਰ ਦੇ DSP ਗੁਰਮੀਤ ਸਿੰਘ ਨੇ ਮੰਗ ਪੱਤਰ ਲੈਂਦੇ ਹੋਏ ਕਿਹਾ ਕਿ ਉਹਨਾਂ ਵੱਲੋਂ ਇਹ ਮੰਗ ਪੱਤਰ ਸਾਈਬਰ ਕ੍ਰਾਈਮ ਭੇਜ ਦਿੱਤਾ ਜਾਵੇਗਾ, ਜਿਸ ਦੀ ਰਿਪੋਰਟ ਆਉਣ 'ਤੇ ਮਾਮਲੇ ਦੀ ਕਾਰਵਾਈ ਕੀਤੀ ਜਾਵੇਗੀ। ਸਾਡੇ ਕੋਲ ਯੂਨਾਈਟਿਡ ਡਰਾਈਵਰ ਯੂਨੀਅਨ ਪੰਜਾਬ ਦੇ ਜਿਹੜੇ ਕੁਛ ਰਿਪ੍ਰਜੈਂਟੇਟਿਵ ਆਏ ਸੀਗੇ, ਇਹਨਾਂ ਨੇ ਇੱਕ ਸਾਨੂੰ ਐਪਲੀਕੇਸ਼ਨ ਦਿੱਤੀ, ਉਹਦੇ ਵਿੱਚ ਇਹਨਾਂ ਨੇ ਇਹ ਐਲੀਗੇਸ਼ਨ ਲਾਇਆ ਕਿ ਇੱਕ ਰਾਖੀ ਸਾਵੰਤ ਆ, ਉਹਨੇ ਸਾਡੇ ਡਰਾਈਵਰ ਭਾਈਚਾਰੇ ਦੇ ਖਿਲਾਫ ਜਿਹੜੇ ਕੁਛ ਅਪਸ਼ਬਦ ਬੋਲੇ ਨੇ, ਜਿਹੜੇ ਕਿ ਸਾਨੂੰ ਟੋਲਰੇਬਲ ਨਹੀਂ ਆ, ਉਹ ਪੂਰੇ ਅਨਡੈਮੋਕ੍ਰੇਟਿਕ ਹੈ। ਇਸ ਕਰਕੇ ਇਹਦੇ ਖਿਲਾਫ ਜਿਹੜੀ ਕਾਰਵਾਈ ਹੋਣੀ ਚਾਹੀਦੀ, ਅਸੀਂ ਇਹਨੂੰ ਸਾਈਬਰ ਸੈੱਲ ਨੂੰ ਇਹਨੂੰ ਮਾਰਕ ਕਰਤੀ ਹੈ, ਉਹ ਇਹਨੂੰ ਐਗਜ਼ਾਮਿਨ ਕਰ ਲੈਣਗੇ ਵੀ ਇਹਦਾ ਵਾਕਈ ਜਿਹੜਾ ਅਪਲੋਡ ਕਿੱਥੋਂ ਹੋਇਆ, ਫਿਰ ਜਿੱਥੇ ਇਹਦੀ ਜੁਰਿਸਡਿਕਸ਼ਨ ਹੋਈ ਫਿਰ ਅਸੀਂ ਉੱਧਰ ਨੂੰ ਇਹ ਕੰਪਲੇਂਟ ਰੈਫਰ ਕਰ ਲਵਾਂਗੇ ਫਾਰ ਐਕਸ਼ਨ।